ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਰਬਜੀਤ ਕੌਰ ਬਰਾੜ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਪਰਦੇਸੀ ਪੰਜਾਬ। ਅਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਆਏ ਹਾਂ ਸੁਖਦੀਪ ਸਿੰਘ ਬਰਾੜ ਜੀ ਦੇ ਘਰ ਉਹਨਾਂ ਦੇ ਪਰਿਵਾਰ ਨੂੰ ਮਿਲਣ ਲਈ। ਅਤੇ ਜਦੋਂ ਹੀ ਮੈਂ ਇਸ ਘਰ ਦੇ ਵਿੱਚ ਐਂਟਰ ਹੋਈ ਤਾਂ ਮੈਂ ਦੇਖਿਆ ਕਿ ਸੁਖਦੀਪ ਸਿੰਘ ਬਰਾੜ ਜੀ ਦਾ ਬੇਟਾ ਭੰਗੜੇ ਦੀ ਪ੍ਰੈਕਟਿਸ ਕਰ ਰਿਹਾ। ਜਿਵੇਂ ਕਿ ਕਹਿੰਦੇ ਹਨ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਅਤੇ ਜਦੋਂ ਮੈਂ ਕਿਸੇ ਦੇ ਘਰ ਜਾਂਦੀ ਹਾਂ ਮੈਂ ਅਕਸਰ ਇਹ ਸਵਾਲ ਪੁੱਛਦੀ ਹੁੰਦੀ ਹਾਂ ਕਿ ਤੁਸੀਂ ਆਪਣੇ ਬੱਚੇ ਨੂੰ ਪੰਜਾਬੀਅਤ ਨਾਲ ਜੋੜਨ ਲਈ ਕੀ ਕਰ ਰਹੇ ਹੋ। ਅਤੇ ਮੈਨੂੰ ਨਹੀਂ ਲੱਗਦਾ ਕਿ ਅੱਜ ਆਪਾਂ ਨੂੰ ਇਸ ਪਰਿਵਾਰ ਕੋਲੋਂ ਇਹ ਸਵਾਲ ਪੁੱਛਣਾ ਚਾਹੀਦਾ, ਕਿਉਂਕਿ ਆਪਾਂ ਦੇਖ ਹੀ ਲਿਆ ਕਿ ਉਹਨਾਂ ਦਾ ਬੇਟਾ, ਉਹਨੂੰ ਕੋਈ ਦੇਖ ਨਹੀਂ ਰਿਹਾ, ਉਹ ਆਪਣੇ ਆਪ ਭੰਗੜੇ ਦੀ ਪ੍ਰੈਕਟਿਸ ਕਰ ਰਿਹਾ। ਤਾਂ ਆ ਜਾਓ ਆਪਾਂ ਪਹਿਲਾਂ ਉਹਨਾਂ ਦੇ ਬੇਟੇ ਨਾਲ ਹੀ ਗੱਲਬਾਤ ਕਰਦੇ ਹਾਂ ਅਤੇ ਪੁੱਛਦੇ ਹਾਂ ਉਹਨੂੰ ਭੰਗੜੇ ਬਾਰੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੇਟਾ ਜੀ। ਬੇਟਾ ਜੀ, ਤੁਹਾਡਾ ਨਾਮ ਕੀ ਹੈ? ਸਿਦਕ ਸਿੰਘ ਬਰਾੜ। ਅਤੇ ਮੈਂ ਦੇਖਿਆ ਕਿ ਤੁਸੀਂ ਇੱਥੇ ਭੰਗੜੇ ਦੀ ਪ੍ਰੈਕਟਿਸ ਕਰ ਰਹੇ ਸੀ, ਹੈ ਨਾ? ਅਤੇ ਇਹ ਭੰਗੜੇ ਦਾ ਸ਼ੌਕ ਤੁਹਾਨੂੰ ਕਿਵੇਂ ਪਿਆ? ਮੇਰੇ ਮਾਮੂ ਤੋਂ। ਤੁਹਾਡੇ ਮਾਮੂ ਭੰਗੜਾ ਪਾਉਂਦੇ ਆ? ਹਾਂਜੀ। ਅਤੇ ਫਿਰ ਤੁਸੀਂ ਕਿਵੇਂ ਸਿੱਖਿਆ ਇਹ? ਜਦੋਂ ਮੇਰਾ ਮਾਮੂ ਕਹਿੰਦੇ ਮੈਨੂੰ ਟੀਚ ਕਰਦੇ ਸੀ। ਅੱਛਾ, ਤੁਹਾਡੇ ਮਾਮੂ ਇੱਥੇ ਰਹਿੰਦੇ ਆ? ਹਾਂਜੀ। ਅੱਛਾ ਜੀ। ਅਤੇ ਜਿਹੜੀ ਇਹ ਤੁਸੀਂ ਅੱਜ ਪ੍ਰੈਕਟਿਸ ਕਰ ਰਹੇ ਸੀ, ਇਹ ਕਾਹਦੇ ਲਈ ਕਰ ਰਹੇ ਸੀਗੇ ਕਿ ਵੈਸੇ ਹੀ? ਇਹ ਤਾਂ ਕਹਿੰਦੇ ਵੈਸੇ ਹੀ ਪ੍ਰੈਕਟਿਸ ਕਰੀ ਜਾਂਦਾ ਸੀ। ਅੱਛਾ ਜੀ। ਅਤੇ ਉਂਝ ਤੁਸੀਂ ਤੁਹਾਨੂੰ ਹੁਣ ਵਧੀਆ ਲੱਗਦਾ ਭੰਗੜਾ ਪਾਉਣਾ? ਹਾਂਜੀ। ਅਤੇ ਤੁਸੀਂ ਕਦੇ ਕਿਤੇ ਸਟੇਜ 'ਤੇ ਵੀ ਪਾਉਂਦੇ ਹੋ ਭੰਗੜਾ ਕਿ ਬਸ ਘਰੇ ਗਰਾਜ 'ਚ ਹੀ ਪਾਉਂਦੇ ਹੋ? ਕਹਿੰਦੇ ਸਟੇਜ 'ਤੇ ਵੀ ਪਾਉਂਦਾ ਮੈਂ। ਕਿੱਥੇ ਕਿੱਥੇ ਪਾਇਆ? ਮੈਂ ਆਪਣੇ ਸਕੂਲ 'ਚ ਪਾਇਆ। ਹਾਂਜੀ। ਅਤੇ ਬਸ ਇੱਥੇ ਹੀ ਪਾਇਆ। ਅੱਛਾ ਜੀ। ਅਤੇ ਹੋਰ ਕਿਤੇ? ਕਹਿੰਦੇ ਉਹ ਸ਼ਾਮ ਨੂੰ ਸੌਕਰ ਕਲੱਬ ਵਾਸਤੇ ਉੱਥੇ ਭੰਗੜਾ ਹੋਊਗਾ ਮੇਰਾ। ਅੱਛਾ ਜੀ, ਅੱਜ? ਹਾਂਜੀ। ਠੀਕ ਹੈ ਜੀ, ਥੈਂਕ ਯੂ ਬੇਟਾ ਜੀ, ਬਹੁਤ ਵਧੀਆ। ਕੀਪ ਇਟ ਅਪ, ਬਹੁਤ ਸੋਹਣਾ ਭੰਗੜਾ ਪਾ ਰਹੇ ਸੀਗੇ ਤੁਸੀਂ, ਇੱਦਾਂ ਹੀ ਪਾਉਂਦੇ ਰਹੋ, ਹੈ ਨਾ? ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਠੀਕ ਹੈ, ਵਧੀਆ, ਤੁਸੀਂ ਸੁਣਾਓ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਹੈ? ਠੀਕ ਹੈ ਜੀ, ਉਹਦੇ ਤੁਸੀਂ ਠੀਕ? ਵਧੀਆ, ਬਹੁਤ ਵਧੀਆ। ਕੀ ਬਣਾਈ ਜਾਂਦੇ ਹੋ? ਬਸ ਆ ਪਕੌੜੇ ਚਾਹ। ਠੀਕ ਹੈ, ਸਾਡੇ ਆਉਣ ਦੀ ਤਿਆਰੀ ਕਰਦੇ ਸੀ? ਆਉਣ ਦੀ ਤਿਆਰੀ ਸੀ। ਅੱਛਾ, ਕਾਹਦੇ ਬਣਾਉਣੇ ਹੋ? ਕੁਛ ਨਹੀਂ, ਬਸ ਮਿਕਸ ਆਹੀ ਗੰਢੇ ਆਲੂ ਮਿਰਚਾਂ ਮੁਰਚਾਂ ਪਾ ਕੇ। ਠੀਕ ਹੈ, ਗਰਮੀ ਆ ਨਾ। ਥੈਂਕ ਯੂ, ਥੈਂਕ ਯੂ। ਅਤੇ ਅੰਕਲ ਜੀ ਕਿੱਥੇ ਆ? ਉਹ ਬਾਹਰ ਕੀ ਕਰਦੇ ਆ? ਫੁੱਲਵਾੜੀ ਨੂੰ ਪਾਣੀ ਦਿੰਦੇ ਆ। ਅੱਛਾ, ਆ ਜਾਓ ਫਿਰ ਆਪਾਂ ਉਹਨਾਂ ਨੂੰ ਮਿਲੀਏ ਜਾ ਕੇ। ਚਲੋ ਆ ਜਾ। ਸਤਿ ਸ਼੍ਰੀ ਅਕਾਲ ਅੰਕਲ ਜੀ। ਕੱਦੂ, ਛੋਟੇ ਕੱਦੂ ਹੈਗੇ ਆ, ਤੋਰੀਆਂ ਦੀਆਂ, ਹਰੀਆਂ ਮਿਰਚਾਂ, ਮੇਥੀ ਹੈ ਇਹਦੇ ਵਿੱਚ ਜਿਹੜੀ ਹੈਗੀ ਹੈ, ਥੱਲੇ ਆ ਪਪੀਤਾ, ਆ ਸ਼ਿਮਲਾ ਮਿਰਚਾਂ, ਦੇਖੋ ਆ ਲੱਗੀਆਂ ਵੀ ਹੈ। ਹਾਂ, ਲੱਗੀ ਪਈ ਆ ਵਧੀਆ। ਤੇ ਆ ਇਹਦੇ ਵਿੱਚ ਉਹ ਮੂੰਗੀ ਆਪਣੀ ਦੇਸੀ, ਆ ਛੋਲਿਆਂ ਦੇ ਹੈਗੇ ਹੈ, ਉਹ ਬੇਰੀ ਹੈ। ਤੇ ਆਹ ਜਿਹੜੇ ਫੁੱਲ, ਰਾਤ ਕੀ ਰਾਣੀ ਕੇ ਕਿਹੜੀ ਸੁਗੰਧਿਤ ਸੈਂਟਿੰਗ ਆਉਂਦੀ ਹੈ ਕਰਕੇ, ਆਹ ਵੀ ਫੁੱਲਾਂ ਦੇ, ਇਹ ਫਿਰ ਗਾਂ, ਆਹ ਚੱਪਣ ਕੱਦੂ ਤੇ ਕੱਦੂਆਂ ਦੀਆਂ, ਉਹ ਟਮਾਟਰ ਲੱਗੇ ਹੈਗਾ, ਉਹ ਟਮਾਟਰ ਦੇਖੋ ਬਹੁਤ ਜ਼ਿਆਦਾ, ਆਹ ਤੂਤ ਦੇਸੀ ਦੇ ਕਾਲੇ ਬਹੁਤ ਮਿੱਠੇ ਤੂਤ ਲੱਗਦੇ ਆ। ਅੱਛਾ, ਇਹ ਉਹ ਜਿਹੜੇ ਆਪਾਂ ਟੋਕਰੇ ਟੁਕਰੇ ਬਣਾਉਣੇ ਹੁੰਦੇ ਆ ਨਾ, ਉਹ ਟੋਕਰੇ ਵੀ ਬਣ ਜਾਂਦੇ ਆ, ਤੇ ਇਹਦੇ ਨਾ ਕਾਲੇ ਤੋਰੀਆਂ ਦੀਆਂ ਵੀ ਹੈਗੀਆਂ, ਆ ਟਮਾਟਰ ਹੈਗੇ ਆ, ਟਮਾਟਰ ਦੇਖੋ ਸਾਰੇ ਉੱਤੋਂ ਤੋਂ ਲੈ ਕੇ, ਤੇ ਆ ਆ ਆ ਵੀਂਦੇ ਇੱਧਰ,
ਹਨੂਮਾਨਗੜ੍ਹ ਤੋਂ ਬਠਿੰਡੇ ਤੱਕ ਬਠਿੰਡਾ ਉਹ ਵੀ ਪਾਟੀਆਂ ਦਾ ਸੀ, ਉੱਥੋਂ ਦਾ ਹੀ ਥੱਲੇ ਸੁਰੰਗ ਸੀਗੀ, ਉੱਥੇ ਵੀ ਕਿਲ੍ਹਾ। ਹਾਂ, ਤੇ ਉਹ ਜੈਸਲਮੇਰ ਦੀ ਨਿਕਾਸੀ ਹੈ ਪੁਰਾਣੀ ਸਾਡੀ। ਹਾਂਜੀ ਹਾਂਜੀ ਹਾਂਜੀ। ਜਿਹੜਾ ਹੈਗਾ ਜਾਂ ਹੋਰ ਬਾਬਾ ਸਾਡੇ ਨਾਲ ਹੀ ਗੁਰੂ ਸਰ ਮੋੜੀ ਵਾਲਾ ਬਾਬਾ ਰਾਮ ਰਹੀਮ ਸੰਤ ਸਿਪਾਹੀ ਬਾਬਾ ਰਾਮ ਰਹੀਮ ਸਿੰਘ ਜੀ ਮਹਾਰਾਜ, ਅੱਛਾ ਉਹ ਵਾਲਾ ਪੜੋਸੀ ਜਮਾ, ਠੀਕ ਹੈ, 20 ਰਿਸ਼ਤੇਦਾਰੀਆਂ ਸਾਡੇ ਪਿੰਡ ਦੇ ਵਿੱਚ, ਠੀਕ ਹੈ ਜੀ। ਉਹਨਾਂ ਦਾ ਸਾਡੂ ਮੇਰੇ ਨਾਲ ਸਰਵਿਸ ਕਰਦਾ ਸੀਗਾ। ਠੀਕ ਹੈ ਠੀਕ ਹੈ ਠੀਕ ਹੈ। ਫਿਰ ਯਾਨੀ ਕਿ ਕਾਫੀ ਮਸ਼ਹੂਰ ਜਗ੍ਹਾ ਹੈ ਤੁਹਾਡੇ ਆਸੇ ਪਾਸੇ ਹੈ ਨਾ, ਜੋ ਉਵੇਂ। ਹਾਂਜੀ ਵਧੀਆ, ਮਤਲਬ ਸਕੂਲ ਹੈਗਾ ਹੈ, ਮਿਡਲ ਸਕੂਲ ਹੈ, ਗੁਰਦੁਆਰਾ ਸਾਹਿਬ ਹੈ। ਹਾਂਜੀ ਹਾਂਜੀ। ਤੇ ਸਾਡੇ ਦਾਦੇ ਨੇ ਤਾਂ ਪਿੰਡ ਵਸਾਇਆ ਸੀ, ਠੀਕ ਹੈ ਜੀ। ਅਸੀਂ ਤਾਂ ਹੁਣ ਕਿਸੇ ਦਾ ਘਰ ਵਸਾ ਦੀ ਇੰਨਾ ਕਿ ਬਹੁਤ ਟੋਲ ਬਣਾ ਕਰਕੇ, ਮੈਨੂੰ ਕੋਈ 50 ਸਾਲ ਹੋ ਗਏ ਰਿਸ਼ਤੇ ਕਰਾਉਂਦੇ ਨੂੰ ਵੀ। ਅੱਛਾ ਜੀ। ਪਰ ਹੁਣ ਪਹਿਲਾਂ ਤਾਂ ਉਹੀ ਹੁਣ ਪੰਨਣ ਵਾਲੇ ਫਲੀਆਂ, ਠੀਕ ਹੈ। ਤੇ ਯਾਨੀ ਕਿ ਸਰਵਿਸ ਦੇ ਨਾਲ ਨਾਲ ਤੁਸੀਂ ਰਿਸ਼ਤੇ ਕਰਾਉਣ ਦਾ ਕੰਮ ਵੀ ਕਰਦੇ ਸੀ? ਨਾਲ ਹੀ ਕਰਦੇ ਰਹੇ, ਜੋ ਪੜਦਾ ਸੀ ਉਹਦੇ ਹੀ, 10ਵੀਂ ਚ ਪੜਦਾ ਸੀ ਖਾਲਸਾ ਸਕੂਲ ਚ। ਹਾਂਜੀ। ਉਹਦੇ ਮੈਂ ਇੱਕ ਰਿਸ਼ਤਾ ਕਰਾਤਾ ਸੀ। ਵਾਹ। ਉਹਦੇ ਬਾਅਦ ਚ ਇਹ ਜੀ ਸ਼ੁਰੂਆਤ ਹੋਈ, ਠੀਕ ਹੈ, ਉਥੋਂ। ਹਾਂਜੀ ਹਾਂਜੀ। ਉਹ ਪਤਾ ਨਹੀਂ ਸੀ ਜਵਾਕ ਨੂੰ ਵੀ ਆਏ 5 ਕਿਲੋ ਪੱਕੇ ਤਾਂ ਮਿਠਾਈ ਲੈ ਕੇ ਆਏ, ਖੇਸ ਲੈ ਕੇ ਆਏ, ਇੱਕ ਸੂਟ ਲੈ ਕੇ ਆਏ, ਠੀਕ ਹੈ। ਤੇ ਉਥੋਂ ਸ਼ੁਰੂ ਹੋ ਗਿਆ ਵੀ ਕੰਮ ਉਹਦਾ। ਹੁਣ ਬਾਹਰ ਦੇ ਬਹੁਤ ਕਿਰਾਏ ਮੈਂ ਜੀ। ਅੱਛਾ ਅੱਛਾ, ਠੀਕ ਹੈ। ਪਰ ਹੁਣ ਤਾਂ ਚਲੋ ਪ੍ਰੋਫੈਸ਼ਨਲੀ ਜਿਵੇਂ ਲੋਕ ਹੋ ਗਏ ਉਹ ਜੇ ਅਸੀਂ ਹੋ ਗਏ ਨਾਲ, ਪਹਿਲਾਂ ਤਾਂ ਇਹ ਚਾਹੁੰਦੇ ਸੀ ਵੀ ਆਖ ਤਾਂ 10 ਤਾਂ ਕਰਾਤਾ, ਹੁਣ ਅਗਲੇ ਨੂੰ ਦੱਸ ਦਿੰਦੇ ਆ ਵੀ ਆਹ ਕੁਛ ਹੈ। ਹਾਂਜੀ, ਵੀ ਪਤਾ ਆਪੇ ਕਰ ਲਓ ਬਸ। ਹਾਂਜੀ, ਵੀ ਉਹ ਬਾਹਰ ਦਾ ਅੰਦਰ ਦਾ ਜਿਵੇਂ ਆਪਦਾ ਦੇਖ ਲੈਣ ਕਰ ਲੈਣ। ਹਾਂਜੀ ਹਾਂਜੀ, ਜਿੰਨੇ ਕ ਸਹੀ ਗੱਲ ਹੈ। ਯਾਨੀ ਕਿ ਪਹਿਲਾਂ ਤਾਂ ਇਹ ਹੁੰਦਾ ਸੀ ਨਾ ਵਿਚੋਲੇ ਦੇ ਸਿਰ ਤੇ ਹੁੰਦਾ ਸੀਗਾ ਵੀ ਮੁੰਡਾ ਕੁੜੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਇੱਕ ਦੂਜੇ ਦਾ, ਨਾ ਪਤਾ ਹੀ ਨਹੀਂ ਹੁੰਦਾ ਸੀ ਨਾ ਪਿੰਡ ਦਾ ਨਾ ਨਾਂ ਉਹਦਾ, ਜਦੋਂ ਜਾਂਦੇ ਨਾ ਨਾ ਕੋਈ ਗੱਲ ਕਰਦੇ ਸੀ। ਅੱਜ ਕੱਲ੍ਹ ਤਾਂ ਰਿਸ਼ਤਾ ਕਰਾਉਂਦੇ ਆ, ਕਰਾਉਣ ਤੋਂ ਪਹਿਲਾਂ ਹੀ ਉਹਨਾਂ ਦੇ ਮੁੰਡੇ ਕੁੜੀ ਮੋਬਾਈਲ ਲੈ ਲੈਂਦੇ ਆ, ਰਿਸ਼ਤੇਦਾਰ ਲੈ ਲੈਂਦੇ ਆ। ਹੁਣ ਮੇਰੇ 1 ਤਰੀਕ ਦਾ ਪ੍ਰੋਗਰਾਮ ਹੈ ਰਿੰਗ ਸਰੇਮ ਦਾ। ਹਾਂਜੀ ਹਾਂਜੀ, ਤੇ ਉਹਨਾਂ ਨੇ ਅੜਿੱਕੇ ਨਹੀਂ ਵੀ ਪਹਿਲਾਂ ਵੈਸੇ ਸੀ ਆਪਾਂ 12-13 ਤਰੀਕ ਨੂੰ ਕਰਾਂਗੇ। ਅੱਛਾ, ਉਹ ਬਿਨਾਂ ਵਿਚੋਲੇ ਤੋਂ ਕਰ ਲੈਣਗੇ? ਕਰ ਤਾਂ ਲੈਣਗੇ, ਹੁਣ ਕੋਈ ਨਹੀਂ ਕਰਦਾ। ਉਹ 1.5 ਕਰੋੜ ਦਾ ਹੈ ਰਿਸ਼ਤਾ। ਜੋੜੀਆਂ ਜਗ ਥੋੜੀਆਂ ਤੇ ਨਰ ਬਥੇਰੇ। ਤੇ ਅੰਕਲ ਜੀ ਨੇ ਜਿਵੇਂ ਕਿ ਗੱਲ ਕੀਤੀ ਕਿ ਉਹ ਵਿਚੋਲ ਪੁਣੇ ਦਾ ਕੰਮ ਕਰ ਰਿਹਾ ਪਿਛਲੇ 50 ਸਾਲਾਂ ਤੋਂ, ਤਾਂ ਮੈਨੂੰ ਲੱਗਦਾ ਕਿ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਬਣਨ ਵਾਲਾ ਹੈ। ਤੇ ਆਪਾਂ ਅੰਕਲ ਜੀ ਤੋਂ ਪਤੀ ਪਤਨੀ ਦੇ ਰਿਸ਼ਤੇ ਬਾਰੇ ਥੋੜ੍ਹੀ ਬਹੁਤੀ ਜੋ ਜਾਣਕਾਰੀ ਲਵਾਂਗੇ ਕਿ ਕਿਵੇਂ ਉਹਨਾਂ ਦਾ ਰਿਸ਼ਤਾ ਬਿਹਤਰ ਬਣ ਸਕਦਾ ਤੇ ਕੀ ਕਾਰਨ ਹੈ ਕਿ ਜਿਹੜੇ ਅੱਜ ਕੱਲ੍ਹ ਰਿਸ਼ਤੇ ਆ ਉਹ ਬਹੁਤ ਛੇਤੀ ਟੁੱਟ ਰਹੇ ਆ। ਤੇ ਇੱਕ ਵਿਚੋਲਾ ਹੋਣ ਦੇ ਤੌਰ ਤੇ ਅੰਕਲ ਜੀ ਨੂੰ ਬਹੁਤ ਐਕਸਪੀਰੀਅੰਸ ਰਿਹਾ ਇਸ ਚੀਜ਼ ਦਾ, ਤਾਂ ਆਪਾਂ ਨੂੰ ਉਹ ਇਹਨਾਂ ਚੀਜ਼ਾਂ ਬਾਰੇ ਵੀ ਦੱਸਣਗੇ। ਜਦੋਂ ਆਪਾਂ ਗੱਲਾਂ ਬਾਤਾਂ ਕਰਾਂਗੇ ਤਾਂ ਆਪਾਂ ਇਹ ਜ਼ਰੂਰ ਪੁੱਛਾਂਗੇ ਉਹਨਾਂ ਨੂੰ। ਤੁਸੀਂ ਬਾਹਰ ਗੱਲ ਕੀਤੀ ਸੀ ਵੀ ਤੁਹਾਨੂੰ 50 ਸਾਲ ਹੋ ਗਏ ਰਿਸ਼ਤੇ ਕਰਾਉਂਦਿਆਂ ਨੂੰ, ਹੈ ਨਾ, ਤੇ ਜਿਹੜੇ ਤੁਸੀਂ ਰਿਸ਼ਤੇ ਕਰਾਏ ਸਾਰੇ ਕਾਮਯਾਬੀ ਰਹਿੰਦੇ ਆ ਜਾਂ ਕਦੇ ਕੋਈ ਏਦਾਂ ਵੀ ਹੋਇਆ ਕਿ ਕੋਈ ਟੁੱਟਿਆ ਵੀ? ਨਹੀਂ, ਦੇਖੋ 100% ਤਾਂ ਕੋਈ ਚੀਜ਼ ਦੀ ਕੋਈ ਨਹੀਂ ਹੋ ਸਕਦਾ। ਹਾਂਜੀ ਹਾਂਜੀ। ਤੇ ਪਰ ਜਿਹੜੇ ਪਹਿਲਾਂ ਜਿਹੜੇ ਰਿਸ਼ਤੇ ਹੋਏ ਨਾ, ਜਿਹੜੇ ਮਾਂ ਪਿਓ ਨੇ ਜਾਂ ਭੂਆ ਨੇ ਮਾਸੀ ਨੇ ਜਾਂ ਕੋਈ ਕਿਸੇ ਕੋਈ ਵੀ ਲੈ ਗਏ ਰਿਸ਼ਤੇਦਾਰੀ 'ਚੋਂ, ਉਹ ਸੰਸਕਾਰੀ ਰਿਸ਼ਤੇ ਸੀਗੇ। ਬੱਚੀਆਂ ਕੁਛ ਤਾਂ ਐਜੂਕੇਸ਼ਨ ਘੱਟ ਸੀ, ਜਿੱਥੇ ਕਿਸੇ ਦਾ ਕਰਤਾ ਉਹਨੇ ਉੱਥੇ ਉਹ ਮੰਨ ਲਿਆ, ਸੱਤ ਮੰਨ ਲਿਆ। ਤੇ ਉਹ ਵੈਸੇ ਮਾਂ ਪਿਓ ਵੀ ਇੰਨੀ ਜ਼ੋਰ ਦੀ ਆਦੇ ਸੀ ਵੀ ਲੈ ਭਾਈ ਹੁਣ ਤਾਂ ਤੇਰਾ ਇਹ ਘਰ ਸੀ, ਹੁਣ ਤੇਰਾ ਉਹ ਘਰ ਹੈ।
ਤੇਰੇ ਇੱਥੇ ਡੋਲੀ ਗਈ ਹੈ ਅਤੇ ਉਸ ਘਰੋਂ ਤੇਰੀ ਅਰਥੀ ਉੱਠੂਗੀ। ਇੰਨੀ ਜ਼ੋਰ ਦੀ ਗੱਲ ਕਰਦੀ ਆਉਂਦੇ ਸੀ ਤਾਂ ਉਹ ਬੱਚੀ ਦੇ ਵੀ ਮਨ 'ਚ ਰਹਿੰਦਾ ਸੀ ਵੀ ਮੈਂ ਕੋਈ ਉਨੀਕੀ ਵੀ ਗੱਲ ਹੁੰਦੀ ਕੋਈ ਸਹਿਣ ਵੀ ਕਰਦੀ ਅਤੇ ਤਾਂ ਵੀ ਪਰ ਉਹ ਕੋਈ ਰਿਸ਼ਤੇ ਟੁੱਟਦੇ ਨਹੀਂ ਸੀ। ਹੁਣ ਕੀ ਹੈ ਜਿਵੇਂ ਜਿਵੇਂ ਐਜੂਕੇਸ਼ਨ ਵਧੀ ਫਿਰ ਠੀਕ ਹੈ ਰਾਈਟ ਵੀ ਵਧੇ, ਕੁਛ ਗੌਰਮੈਂਟ ਨੇ ਕੁਛ ਮਾਂ ਪਿਓ ਨੇ ਕੁਛ ਹੋਰ ਨੇ। ਹੁਣ ਫਿਰ ਜਦੋਂ ਹੁਣ ਸਾਰੇ ਵੀ ਉਹਦੇ ਮਦਰ ਵੀ ਪੜ੍ਹ ਗਈ ਪਿਓ ਵੀ ਪੜ੍ਹ ਗਿਆ ਭਰਾ ਵੀ ਪੜ੍ਹ ਗਿਆ ਭਾਬੀ ਵੀ, ਫਿਰ ਥੋੜ੍ਹੀ ਜਿਹੀ ਸੰਸਕਾਰ ਘੱਟ ਗਏ ਹੰਕਾਰ ਹੋ ਗਿਆ। ਹਾਂਜੀ ਫਿਰ ਹੰਕਾਰ ਨੂੰ ਥੋੜ੍ਹੀ ਜਿਹੀ ਮਾਰ ਹੈ ਵੀ ਉਹ ਕਹਿੰਦੇ ਨਾ ਈਗੋ ਹੋ ਗਈ ਵੀ ਆਪਾਂ ਕਿਹੜੀ ਗੱਲੋਂ ਘੱਟ ਹੈ ਤੈਨੂੰ ਐਂ ਆਖਣ ਤਾਂ ਐਂ ਨਾ ਕਰੀ ਆਹ ਆਖਿਆ ਤਾਂ ਐਂ ਨਾ ਕਰੀ, ਫਿਰ ਇਸ ਕਰਕੇ ਰਿਸ਼ਤੇ ਟੁੱਟਣ ਲੱਗ ਗਏ। ਫਿਰ ਚੱਲ ਪਿਆ ਦੌਰ ਹੁਣ ਥੋੜ੍ਹੇ ਜਿਹੇ ਸਾਲਾਂ ਤੋਂ ਵੀ ਇੱਕ ਦੂਜੀ ਆਪਦੇ ਚੁਆਇਸ ਦਾ ਬੱਚਿਆਂ ਦਾ ਜਿਹਨੂੰ ਲਵ ਮੈਰਿਜ ਕਹਿੰਦੇ ਆ ਜਿਵੇਂ ਵੀ ਅਦਰ ਕਾਸਟ ਵਾਲੇ ਆ ਜਿਵੇਂ ਅਤੇ ਚਲੋ ਉਹ ਹੋਣ ਲੱਗ ਗਿਆ ਹੁਣ ਜਿਵੇਂ ਉਦੋਂ ਇਲਾਵਾ ਹੁਣ ਬਾਹਰ ਦਾ ਹੋ ਗਿਆ ਇੱਥੇ ਤਾਂ ਬੱਚੇ ਦੇਖੋ ਪੈਸਾ ਸਾਰਾ ਕੁਛ ਨਹੀਂ ਗਾ ਬਹੁਤ ਕੁਛ ਤਾਂ ਹੈਗਾ ਪਰ ਸਾਰਾ ਕੁਛ ਪੈਸਾ ਨਹੀਂ ਗਾ, ਪਹਿਲਾਂ ਆਪਣੇ ਸੰਸਕਾਰ ਹੈ ਪਰਿਵਾਰ ਹੈ ਹੋਰ ਹੈ ਅਤੇ ਉਹ ਇਸ ਕਰਕੇ ਹੁਣ ਬੱਚੇ ਜੇ ਇੱਥੇ ਆਉਂਦੇ ਜੇ ਬੱਚੀਆਂ ਆਉਂਦੀਆਂ ਬੱਚੇ ਆਉਂਦੇ ਉਹ ਪੱਕੇ ਹੋਣ ਦੇ ਮਾਰੇ ਗਲ ਬਣਾਉਂਦੇ ਆ ਰਿਸ਼ਤਾ ਹੀ ਇਸ ਕਰਕੇ। ਫਿਰ ਉਹ ਥੋੜ੍ਹਾ ਘਣਾ ਚਿਰ ਬਾਅਦ ਜਿਹੜਾ ਨਾ ਹੁਣੇ ਮੈਂ ਤੁਹਾਨੂੰ ਨਾਂ ਨਹੀਂ ਕੋਈ ਲੈਂਦਾ ਉਹਨੇ ਗੋਰੀ ਨਾਲ ਕਰਾਇਆ ਸੀ ਬੜੀ ਚੰਗੀ ਫਰਮ ਹੈ ਗੰਗਾਨਗਰ ਦੀ ਸਾਡੇ ਅਤੇ 10-11 ਸਾਲਾਂ ਬਾਅਦ 4 ਬੱਚੇ ਹੋ ਗਏ ਡਿਵੋਰਸ ਹੋ ਗਿਆ ਵਿਚਾਰੇ ਬੜੇ ਐਂ ਕਰਕੇ ਉਹਦੇ ਛੋਟੇ ਬ੍ਰਦਰ ਨੂੰ ਬਹੁਤ ਤਕੜੇ ਥਾਂ ਤੋਂ ਰਿਸ਼ਤਾ ਹੋਇਆ ਐਸ ਪੀ ਦੀ ਲੜਕੀ ਹੈ ਅਤੇ ਪਰ ਹੁਣ ਉਹ ਵਿਚਾਰੇ ਆਹਦੇ ਵੀ ਜਿਵੇਂ ਕੋਈ ਹੁਣ ਜਿਵੇਂ ਰੀਮੈਰਿਜ ਕਰਨੀ ਹੈ ਤਾਂ ਕੋਈ ਫਿਰ ਜਿਵੇਂ ਦੇਖਣਗੇ ਵੀ ਕਿਸੇ ਦਾ ਚਾਹੇ ਪਹਿਲਾਂ ਮੈਰਿਜ ਹੋਈ ਸੀ ਜਾਂ ਕਿਸੇ ਗਰੀਬ ਘਰ ਦੀ ਜਾਂ ਹੋਰ ਦੀ ਅਤੇ ਥੋੜ੍ਹਾ ਜਿਹਾ ਰਿਸ਼ਤਾ ਜਿਹੜਾ ਮੇਰੀ ਸਮਝ ਜਿੱਥੋਂ ਤਾਂ ਹੀ ਸੀ ਪਹਿਲਾਂ ਤਾਂ ਬਹੁਤ ਸੋਚ ਸਮਝ ਕੇ ਕਰਦੇ ਸੀ ਵੀ ਜਿਵੇਂ ਆਪਣੀਆਂ ਲਾਵਾਂ ਚਾਰਾਂ ਦਾ ਉਹਨਾਂ ਦਾ ਇੱਕ ਮਕਸਦ ਸੀਗਾ ਵੀ ਖਾਣ ਪਾਣ ਪਹਿਲੀ ਸਭ ਤੋਂ ਪਹਿਲਾਂ ਤਾਂ ਹਾਣ ਪ੍ਰਵਾਨ ਫਿਰ ਉਹਨਾਂ ਦਾ ਖਾਣ ਪਾਣ ਫਿਰ ਉਹਨਾਂ ਦਾ ਖਾਨਦਾਨ ਫਿਰ ਉਹਨਾਂ ਦਾ ਰਹਿਣ ਸਹਿਣ ਵੀ ਇੱਕੋ ਜਿਹਾ ਇੱਕ ਇਹ ਨਾ ਹੁਣ ਵੀ ਰਾਧਾ ਸਵਾਮੀ ਆ ਜਾਂ ਇੱਕ ਦੂਜੇ ਇਹ ਖਾਂ ਫਿਰ ਉਹਨਾਂ ਦੇ ਸੰਸਕਾਰ ਮਿਲਦੇ ਫਰਕ ਰਹਿ ਜਾਂਦਾ ਫਿਰ ਉਹ ਟਕਰਾਵ ਜਿਹੜਾ ਹੋਇਆ ਰਹਿੰਦਾ ਫਿਰ ਉਹ ਗਾ ਜਾ ਕੇ ਗਿਰਦੀ ਹੈ ਬੱਚੀ 'ਤੇ ਜ਼ਿਆਦਾ ਬਈ ਚਾਹੇ ਉਹ ਗਲਤੀ ਉਹਨਾਂ ਦੇ ਪੇਕਿਆਂ ਦੀ ਹੋਈ ਤਾਂ ਵੀ ਉਹ ਅੱਛਾ ਕੁਦਰਤੀ ਹੈ ਬਈ ਮੈਂ ਤਾਂ ਅੱਗੇ ਕਹਿੰਦਾ ਹੁੰਦਾ ਮੈਂ ਕਿਹਾ ਵੀ ਦੇਖੋ ਇੱਕ ਲੜਕੀ ਹੈ ਵਿਚਾਰੀ ਪਹਿਲਾਂ ਆਪਦੇ ਪਿਓ ਦੇ ਪਿਤਾ ਦੇ ਫਿਰ ਪਤੀ ਦੇ ਫਿਰ ਪੁੱਤ ਦੇ ਅਤੇ ਜੇ ਪੋਤਿਆਂ ਦੇ ਵੀ ਸਹਿਣ ਕਰੇ ਤਾਂ ਕਰਨਾ ਹੀ ਪਊਗਾ ਇਹਦੇ ਚ ਵੀ ਕਾਫੀ ਪਰਸੈਂਟ ਹੋ ਗਿਆ ਵੀ ਉਹ ਮਤਲਬ ਕਹਿੰਦੇ ਨਹੀਂ ਅਸੀਂ ਐਂ ਕਰਕੇ ਤੁਹਾਡੇ ਪੈਰ ਦੀ ਜੁੱਤੀ ਜਾਂ ਤੁਸੀਂ ਇਹ ਜਾਂ ਸਾਨੂੰ ਇਹ ਸਮਝੋ ਤੇ ਅਸੀਂ ਐਂ ਨਹੀਂ ਇੰਨਾ ਬਰਦਾਸ਼ਤ ਨਹੀਂ ਕਰ ਸਕਦੇ ਹੱਥ ਤੋਂ ਉੱਤੇ ਸਾਡਾ ਵੀ ਰਾਈਟ ਹੈ ਸਾਨੂੰ ਵੀ ਜਿਹੜਾ ਹੈ ਹਾਂ ਜਿਉਣਾ ਚਾਹੁੰਦੇ ਹਾਂ ਅਸੀਂ ਬਰੋਬਰ ਦੇ ਐਜੂਕੇਸ਼ਨ ਹੋ ਗਈ ਹੋਰ ਹੈ ਪਰ ਸੰਸਕਾਰਾਂ ਦੀ ਗੱਲ ਹੋ ਗਈ ਜਾਂ ਫਿਰ ਹੁਣ ਤੁਸੀਂ ਕਹਿੰਦੇ ਹੋ ਵੀ ਲਵ ਮੈਰਿਜ ਹੋਣ ਲੱਗ ਗਈ ਬੱਚੇ ਆਪਣੇ ਆਪ ਵਿਆਹ ਕਰਾਉਣਗੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਕਿ ਮੋਬਾਈਲ ਫੋਨ ਚੱਲੇ ਆ ਉਹਨਾਂ ਨਾਲ ਵੀ ਬਹੁਤ ਰਿਸ਼ਤੇ ਮੈਂ ਤਾਂ ਸੋਚਦੀ ਹਾਂ ਵੀ ਟੁੱਟਦੇ ਆ ਟੁੱਟਦੇ ਬਿਲਕੁਲ ਟੁੱਟਦੇ ਉਹਨਾਂ ਨਾਲ ਤਾਂ ਬਹੁਤ ਜ਼ਿਆਦਾ ਟੁੱਟਣ ਲੱਗ ਗਏ ਕਿਉਂਕਿ 24 ਘੰਟੇ ਤਾਂ ਕੋਈ ਵੀ ਉਹਦੇ ਨਾਲ ਨਹੀਂ ਰਹਿ ਸਕਦਾ ਕਈ ਵਾਰੀ ਕੋਈ ਉਹ ਬੱਚਾ ਕਰਦਾ ਜਾਂ ਬੱਚੀ ਕਰਦੀ ਹੈ ਵੀ ਮੈਂ ਕੀਤਾ ਸੀ ਜਾਂ ਉਹਦੇ ਨਾਲ ਗੱਲ ਕੀਤੀ ਸੀ ਜਾਂ ਮੇਰੀ ਮਦਰ ਨੇ ਕੀਤੀ ਸੀ ਮੇਰੀ ਭੈਣ ਨੇ ਕੀਤੀ ਸੀ ਤੁਸੀਂ ਫੋਨ ਨਹੀਂ ਚੱਕਿਆ ਇਹ ਨਹੀਂ ਕੀਤਾ ਅਤੇ ਉਹ ਪਰ ਜਿੱਥੇ ਜਿਹੜਾ ਨਾ ਸਰ ਜੀ ਜਿੱਥੇ ਡਾਊਟ ਕ੍ਰੀਏਟ ਹੋ ਜਾਂਦਾ ਨਾ ਫਿਰ ਉਹ ਕਲੀਅਰ ਨਹੀਂ ਹੁੰਦਾ ਫਿਰ ਉਹਦਾ ਅੰਤ ਮਾੜਾ ਹੀ ਜਾਂਦਾ ਅਤੇ ਪਰ ਇਹ ਪਤੀ ਪਤਨੀ ਦਾ ਇੱਕ ਬੜਾ ਵਿਸ਼ਵਾਸ ਦਾ ਬੜਾ ਵਿਸ਼ਵਾਸ ਦਾ ਸੱਚਾ ਸੁੱਚਾ ਇਹ ਰਿਸ਼ਤਾ ਹੈ ਵੀ ਤਾਂ ਉਹ ਇਹ ਚੱਲੀ ਜਾਂਦਾ। ਸੀਗਾ ਵੀ ਚਲੋ ਵੀ ਗੱਲਬਾਤ ਵਿਚਾਰ ਵਟਾਂਦਰੇ ਹੋਣਾ ਅੱਡ ਗੱਲ ਹੈ ਆਪਣੇ ਪੰਜਾਬੀ ਚ ਕਹਾਵਤਾਂ ਵੀ ਜੇ ਦੋ ਭਾਂਡੇ ਹੋਣਗੇ ਖੜਕਣਗੇ ਤੇ ਪਰ ਕੋਈ ਗੱਲ ਨਹੀਂ ਅੱਜ ਕੱਲ੍ਹ ਚੀਨੀ ਦੇ ਤੇ ਕਣਚ ਦੇ ਚੱਲ ਪਏ ਜ਼ਿਆਦਾ ਖੜਕਣ ਤਾਂ ਟੁੱਟ ਜਾਂਦੇ ਇਸ ਕਰਕੇ ਤੇ ਦਿਲ ਟੁੱਟਿਆ ਤਾਂ ਫਿਰ ਜਮੇ ਨਹੀਂ ਕੰਮ ਆਉਂਦਾ ਤੇ ਦਿਲ ਦਾ ਮਾਮਲਾ ਹੈ ਇਸ ਕਰਕੇ ਦੋਨੇ ਪਰਿਵਾਰਾਂ ਨੂੰ ਚਾਹੀਦਾ
ਵੀ ਇੱਕ ਦੂਜੇ ਦੀ ਰਿਸਪੈਕਟ ਕਰਨ ਤੇ ਇੱਕ ਦੂਜੇ ਨਾਲ ਕੋਈ ਵਿਚਾਰ ਵਟਾਂਦਰੇ ਆ ਉਹ ਸਾਂਝੇ ਕਰਨ ਸਾਂਝੇ ਕਰਨ ਇੱਕ ਦੂਜੇ ਨੂੰ ਦੱਸਣ ਜ਼ਰੂਰ ਵੀ ਜੇ ਕੋਈ ਲੱਗਦਾ ਵੀ ਇੱਕ ਦੂਜੇ ਦਾ ਕੋਈ ਪ੍ਰੋਬਲਮ ਹੈ ਤਾਂ ਦੱਸਣ ਜ਼ਰੂਰ ਹਾਂ ਦੱਸੋ ਹੈ ਇਹ ਨਹੀਂ ਵੀ ਸਿੱਧਾ ਹੀ ਜਾ ਕੇ ਵੀ ਤੁਸੀਂ ਰਿਸ਼ਤਾ ਹੀ ਤੋੜ ਦਿਓ ਜਾਂ ਵਿਆਹ ਠੀਕ ਨਹੀਂ ਕੋਈ ਪਰ ਅਸੀਂ ਮੈਂ ਬਈ ਇਹ ਵੇਖਦੇ ਹਾਂ ਵੀ ਚਲੋ ਕੋਈ ਗੱਲ ਨਹੀਂ ਜਿੱਥੇ ਵਿਦਵਾਨ ਪਹੁੰਚ ਸਕਦਾ ਧੰਨਵਾਦ ਨਹੀਂ ਪਹੁੰਚ ਸਕਦਾ ਅੱਜ ਬੜੇ ਬੜਭਾਗੀ ਹੋ ਤੁਸੀਂ ਸਾਰੇ ਜਾਂ ਸਾਡੇ ਬੱਚੇ ਵੀ ਜਿਹੜੇ ਇੱਥੇ ਇੰਨੀ ਦੂਰ ਤਾਈਂ ਆਏ ਅਸੀਂ ਵੀ ਆਏ ਹਾਂ ਨਹੀਂ ਤਾਂ ਇੱਕ ਦੂਜੇ ਦਾ ਪਿੰਡ ਨਹੀਂ ਜਾਣਦੇ ਹੁੰਦੇ ਸੀ ਅੱਛਾ ਬੱਚੀਆਂ ਵੀ ਇਹ ਸੀ ਵਿਚਾਰੀਆਂ ਕੋਈ ਦੇਖਾ ਦਿਖਾਈ ਨਹੀਂ ਹੁਣ ਤਾਂ ਰਿਸ਼ਤੇ ਕਰਦੇ ਹਾਂ ਤਾਂ ਉਹ ਕਹਿੰਦੇ ਜੀ ਅਸੀਂ ਘੰਟਾ ਬੈਠ ਕੇ ਮੈਂ ਕਿਹਾ ਜੀ ਬਿਲਕੁਲ ਕਰੋ ਮੈਂ ਬੈਠੂ ਤਾਂ ਕਹਿੰਦੇ ਨਹੀਂ ਅੰਕਲ ਜੀ ਤੁਸੀਂ ਬਾਹਰ ਬਹਿ ਜਾਓ ਅਸੀਂ ਗੱਲ ਕਰਾਂਗੇ ਕਰ ਲਓ ਉਹਦੇ ਬਾਵਜੂਦ ਵੀ ਫਿਰ ਪਤਾ ਨਹੀਂ ਕਿਉਂ ਹੈ ਠੀਕ ਹੈ ਨਾ ਪਹਿਲਾਂ ਤਾਂ ਇੰਨੇ ਹੁੰਦਾ ਸੀ ਕੁੜੀ ਕਿਸਮਤ ਪੁੜੀ ਸੀ ਉਹਦੇ ਦੇਹਦੇ ਘਰੇ ਜਾ ਕੇ ਜਦੋਂ ਨਾ ਕੋਈ ਪਹਿਲਾਂ ਜਾਂਦਾ ਸੀ ਨਾ ਕੋਈ ਦਿੰਦੇ ਸੀ ਮੇਰੇ ਤਾਂ ਵੇਖਣ ਦੇ ਰਿਸ਼ਤਾ ਕਰਤਾ ਮਾਮੀ ਲੈ ਗਈ ਮਾਸੀ ਲੈ ਗਈ ਭੂਆ ਲੈ ਗਈ ਸਾਡੇ ਮੇਰੇ ਪਰਿਵਾਰ ਦੇ ਵਿੱਚ ਪੰਜ ਸਾਡੀਆਂ ਮੇਰੇ ਮਾਤਾ ਜੀ ਦੇ ਭੂਆ ਤੋਂ ਲੈ ਕੇ ਤੇ ਆਪ ਤੇ ਗਾਂ ਉਹਨਾਂ ਦੇ ਪੰਜ ਰਿਸ਼ਤੇ ਐਂ ਆ ਪੰਜ ਪੀੜ੍ਹੀਆਂ ਆ ਗਈਆਂ ਤੇ ਉਹ ਪਰ ਐਂ ਹੁੰਦਾ ਸੀ ਨਾ ਅਤੇ ਉਹ ਚੱਲੀ ਵਧੀਆ ਜਾਂਦੇ ਜੀ ਪਰ ਉਹ ਹੁਣ ਥੋੜ੍ਹਾ ਜਿਵੇਂ ਬਾਹਰ ਦਾ ਸਿਸਟਮ ਹੋਰ ਹੋ ਗਿਆ ਪੜ੍ਹੇ ਲਿਖਿਆ ਬੱਚਿਆਂ ਦੀ ਸੋਚ ਹੋਰ ਹੋ ਗਈ ਅਤੇ ਕੁਛ ਪਹਿਲਾਂ ਰਿਸ਼ਤੇ ਹੁੰਦੇ ਹੀ ਬਹੁਤ ਔਖੇ ਸੀ ਜੇ ਕੋਈ ਘਰ 'ਚ ਚਾਰ ਪੰਜ ਭਰਾ ਆ ਤਾਂ ਉਹ ਦੋ ਤਾਂ ਨਹੀਂ ਵਿਆਹੇ ਜਾਂਦੇ ਸੀਗੇ ਨਹੀਂ ਤਾਂ ਵਿਚੋਲਿਆਂ ਦੇ ਮਗਰੀ ਤੁਰੇ ਫਿਰਦੇ ਰਹਿੰਦੇ ਸੀ ਹੁਣ ਚਲੋ ਅਸੀਂ ਤਾਂ ਆਉਂਦੇ ਹਾਂ ਵੀ ਉਹ ਚਲੋ ਹੁਣ ਵੀ ਆਉਂਦੇ ਹਾਂ ਵੀ ਧੰਨਵਾਦ ਵਿਚੋਲੇ ਦਾ ਜਿਹੜਾ ਬਿਟਵੀਨ ਮਿਲਾਉਣ ਵਾਲਾ ਹੈ ਕਰਨ ਵਾਲਾ ਹੈ ਅਤੇ ਪਰ ਉਹ ਵਧੀਆ ਰਹਿਣ ਬੜੀ ਵਧੀਆ ਗੱਲ ਹੈ ਤੇ ਜਿਵੇਂ ਅੰਕਲ ਜੀ ਜੋਬ ਕਰਦੇ ਸੀ ਫਿਰ ਤੁਸੀਂ ਚਲੋ ਇਹ ਵਿਚੋਲ ਪੁਣੇ ਦਾ ਤਾਂ ਆਪਣਾ ਕਹਿ ਦਿੰਦੇ ਆ ਵੀ ਇੱਕ ਸੋਸ਼ਲ ਵਰਕ ਹੋ ਗਿਆ ਨਾ ਤੇ ਤੁਹਾਡੇ ਬੇਟੇ ਨੂੰ ਫਿਰ ਇੱਧਰ ਭੇਜਣ ਦਾ ਆਸਟ੍ਰੇਲੀਆ ਭੇਜਣ ਦਾ ਸਬੱਬ ਕਿਵੇਂ ਬਣਿਆ ਇਹਨੂੰ ਸ਼ੌਂਕ ਸੀ ਜੀ ਇਹਨਾਂ ਨੂੰ ਆਪ ਨੂੰ ਸ਼ੌਂਕ ਸੀ ਠੀਕ ਹੈ ਜੀ ਫਿਰ ਤੁਸੀਂ ਦੱਸ ਦਿਓ ਸਾਨੂੰ ਵੀ ਤੁਸਾਂ ਨੂੰ ਕਿਉਂ ਸ਼ੌਂਕ ਸੀ ਸ਼ੌਂਕ ਉਹ ਵੀ ਬਣ ਗਿਆ ਜੀ ਪਹਿਲਾਂ ਪੜ੍ਹਾਈ ਕਰੀ ਉਦੋਂ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਫਾਦਰ ਸਾਹਿਬ ਰਿਸ਼ਤੇ ਕਰਾਉਂਦੇ ਸੀਗੇ ਜਿੱਦਾਂ ਹੋ ਸਕਦਾ ਮੇਰਾ ਵੀ ਵਿਆਹ ਆਹੀ ਹੁੰਦਾ ਤੇ ਮੈਂ ਵੀ ਬਾਹਰ ਸਪਾਊਸ ਵੀਜ਼ੇ ਦੀ ਪਹੁੰਚਦੇ ਪਰ ਕੰਪਨੀ ਚ ਅੱਛਾ ਜੀ ਕੰਮ ਕਰਦੇ ਮੈਨੂੰ ਜੋਬ ਮਿਲ ਗਈ ਸੀ ਐਕਚੁਅਲੀ ਮੈਂ ਕੀ ਕਰਿਆ ਆਇਲਸ ਕਰ ਲਈ ਉਸ ਤੋਂ ਬਾਅਦ ਮੈਂ ਫਾਈਲ ਲਾ ਲਈ ਜਿੱਥੇ ਮੈਂ ਫਾਈਲ ਲਾਈ ਉਹ ਬੰਦਾ ਕੋਈ ਥੋੜ੍ਹਾ ਜਿਹਾ ਠੀਕ ਨਹੀਂ ਸੀਗਾ ਕਿਤੇ ਫਾਈਲ ਉਹੀ ਗਾਂਹ ਪਛਾਂ ਹੋਈ ਗਈ ਉਹ ਉਸ ਤੋਂ ਬਾਅਦ ਮੈਨੂੰ ਜੋਬ ਮਿਲ ਗਈ ਮੈਂ ਇੱਕ ਵਾਰੀ ਕੈਂਸਲ ਹੀ ਕਰਤਾ ਸੀ ਮੈਂ ਕਹਿੰਦੀ ਠੀਕ ਹੈ ਵਧੀਆ ਆਪਾਂ ਨੂੰ ਜੋਬ ਮਿਲ ਗਈ ਆਪਦਾ ਕਰੀ ਚੱਲੋ ਇੱਥੇ ਉਹ ਨਹੀਂ ਦਿੰਦੇ ਸੀ ਤੇ ਉਹ ਪਰ ਫਿਰ ਜਦੋਂ ਫਿਰ ਉਹ ਫਾਈਲ ਦੁਬਾਰਾ ਜਦੋਂ ਉਹ ਕਹਿੰਦੇ ਵੀ ਠੀਕ ਹੈ ਜੀ ਹੁਣ ਇੱਥੋਂ ਦੀ ਤੁਹਾਨੂੰ ਮੈਲਬਰਨ ਜਾਂ ਸਿਡਨੀ ਨਹੀਂ ਬ੍ਰਿਸਬੇਨ ਦਾ ਮੈਨੂੰ ਪਤਾ ਵੀ ਨਹੀਂ ਸੀ ਬ੍ਰਿਸਬੇਨ ਮਤਲਬ ਕਿੱਡਾ ਕੁ ਸ਼ਹਿਰ ਹੈ ਕਿੱਡਾ ਕੁ ਨਹੀਂ ਕਿਉਂਕਿ ਜਿਹੜੇ ਸਾਲ 'ਚ ਮੈਂ ਆਇਆ ਸੀ ਸਾਡੇ ਸ਼ਹਿਰ ਦਾ ਇੱਕੋ ਹੀ ਮੁੰਡਾ ਇੱਥੇ ਆਇਆ ਹੋਇਆ ਸੀਗਾ ਜੀ ਠੀਕ ਹੈ ਜੀ ਅਤੇ ਬਸ ਉਸ ਉਧਰੋਂ ਜੋਬ ਲੱਗੀ ਜੀ ਬਸ ਜਿਹੜੀ ਸੀਗੀ ਉਹ ਵੀ ਮੈਂ ਉੱਥੋਂ ਛੱਡ ਕੇ ਫਿਰ ਮੈਂ ਕਿਹਾ ਚਲੋ ਦੇਖਿਆ ਹੋਣਾ ਨਵਾਂ ਐਕਸਪੀਰੀਅੰਸ ਆਈ ਬਸ ਹੌਲੀ ਹੌਲੀ ਕਰਦੇ ਕਰਦੇ ਤੁਹਾਨੂੰ ਪਤਾ ਹੀ ਹੈ ਜੀ ਫਿਰ ਜਦੋਂ ਇੱਕ ਸਟੱਡੀ ਫਿਨਿਸ਼ ਕਰ ਲਈ ਪੀ ਆਰ ਮਗਰ ਹੋ ਗਏ ਚਲੋ ਜੀ ਪੀ ਆਰਾਂ ਵੀ ਹੋ ਗਈਆਂ ਹਾਂਜੀ ਸਹੀ ਗੱਲ ਉਹ ਇੱਥੇ ਤਾਂ ਸਟੱਡੀ ਕਰਦੇ ਆ ਪੀ ਆਰ ਹੁੰਦੇ ਹੁੰਦੇ ਆ 7-8 ਸਾਲ ਲੰਘ ਗਏ ਫਿਰ ਮੁੜ ਕੇ ਇੱਥੇ ਚੰਗਾ ਲੱਗਣ ਲੱਗ ਗਿਆ ਹਨਾ ਤੇ ਤੁਸੀਂ ਦੋਨੋਂ ਇਕੱਠੇ ਹੀ ਆਏ ਸੀ ਜਾਂ ਅਲੱਗ ਅਲੱਗ ਮੈਂ 2007 ਚ ਆਇਆ ਸੀਗਾ ਫਰਵਰੀ ਚ ਆਇਆ ਮੈਂ ਤੁਸੀਂ ਜੁਲਾਈ ਚ ਆਏਗੇ ਹਾਂਜੀ ਅਸੀਂ ਮੈਂ ਵੀ ਸਟੂਡੈਂਟ ਵੀਜ਼ੇ ਤੇ ਆਈ ਸੀਗੀ 2007 ਜੁਲਾਈ ਚ ਡਿਪਲੋਮਾ ਇਨ ਕਮਿਊਨਿਟੀ ਵੈਲਫੇਅਰ ਵਰਕ ਤੇ ਉਦੋਂ ਬਾਅਦ ਇੱਥੇ ਸੀਗੇ ਤੁਹਾਨੂੰ ਪਤਾ ਘਰਦਿਆਂ ਨੂੰ ਹੁੰਦਾ ਹੀ ਹੈ ਵੀ ਹੁਣ ਵਿਆਹ ਹੋ ਜੇ ਤੇ ਸਭ ਨੂੰ ਇਹ ਸੀ ਵੀ ਇੱਥੇ ਹੋਵੇ ਮੁੰਡਾ ਤਾਂ ਵਧੀਆ ਤੁਹਾਨੂੰ ਪਤਾ ਸਪਾਊਸ ਤੇ ਮੁੜ ਕੇ ਉਹ ਸਾਰੀਆਂ ਚੀਜ਼ਾਂ ਦੀ ਕਿੰਨੀ ਦਿੱਕਤ ਹੁੰਦੀ ਮੁੰਡਾ ਪਾਲਣ ਲੱਗੇ ਫਿਰ ਇੱਥੇ ਰਿਸ਼ਤੇਦਾਰੀਆਂ ਸੀਗੀਆਂ ਉਹਨਾਂ ਨੇ ਮਾੜੀ ਮੋਟੀ ਦੱਸ ਪਾਈ ਤੇ ਫਿਰ ਉਹੀ ਜੀ ਆਪਣਾ ਜਿਹੜਾ ਪ੍ਰੋਸੈਸ ਹੁੰਦਾ ਦੇਖਾ ਦਿਖਾਈਆ ਗੋਤ ਮਿਲਾਉਣੇ ਤੇ ਫਿਰ ਸਾਡੀ ਇੰਗੇਜਮੈਂਟ ਹੋਈ 2010 ਚ 21 ਫਰਵਰੀ ਨੂੰ ਤੇ 2011 ਚ 3 ਨਵੰਬਰ ਨੂੰ ਸਾਡਾ ਵਿਆਹ ਹੋਇਆ ਸਾਡੀ ਪੀ ਆਰ ਦੀ ਫਾਈਲਾਂ ਆਪੋ ਆਪਣੀਆਂ ਲੱਗੀਆਂ ਸੀ ਕਿਉਂਕਿ ਮੈਂ ਵੀ ਸਟੱਡੀ ਕੀਤੀ ਸੀ ਉਦੋਂ ਇੰਨਾ ਔਖਾ ਨਹੀਂ ਸੀ ਸੈਟਲ ਹੋ ਗਏ ਇੱਥੇ ਪੀ ਆਰ ਵਗੈਰਾ ਹੋ ਗਈ ਤੁਹਾਡੀ ਤੇ ਤੁਸੀਂ ਜੋਬਸ ਫਿਰ ਕੀ ਕਰਦੇ ਹੋ ਕੰਮ ਤਾਂ ਜੀ ਇਹ ਸੀਗਾ ਜਦੋਂ ਮੈਂ ਕਮਰਸ਼ਲ ਕੁੱਕਰੀ 'ਚ ਆਇਆ ਸੀਗਾ ਉਦੋਂ ਮੈਨੂੰ ਤਾਂ ਪਤਾ ਵੀ ਨਹੀਂ ਹੁੰਦਾ ਸੀ ਵੀ ਕੁੱਕਰੀ 'ਚ ਕਰਨਾ ਕੀ ਹੈ ਅਤੇ ਕਿਉਂਕਿ ਘਰੇ ਤਾਂ ਕਦੇ ਚਾਹ ਹੀ ਬਣਾ ਕੇ ਦੇਖੀ ਸੀਗੀ ਅਤੇ ਇੱਥੇ ਹਾਲਾਤਾਂ ਨੇ ਸਾਨੂੰ ਸ਼ੈੱਫ ਬਣਾ ਤਾ ਚਲੋ ਜੀ ਉਹ ਮੇਨ ਵਾਰ ਜਿਹਨਾਂ ਸਟੱਡੀ ਚੱਲੀ ਐਜ ਏ ਸ਼ੈੱਫ ਵੀ ਮੈਂ ਕੰਮ ਕੀਤਾ
ਉਸ ਤੋਂ ਬਾਅਦ ਜਿਵੇਂ ਜਿਵੇਂ ਉਦੋਂ ਉਹ ਜਿਹਾ ਟ੍ਰੈਂਡ ਸੀਗਾ ਵੀ ਟੈਕਸੀ ਵਾਲੇ ਬਾਹਲੇ ਹੁੰਦੇ ਸੀਗੇ, ਕਹਿੰਦਾ ਟੈਕਸੀ ਚਲਾਉਂਦੇ ਆ ਮੁੰਡੇ ਅਤੇ ਬਾਹਲੇ ਪੈਸੇ ਬਣਦੇ, ਹੋਰ ਬਣਦੇ ਆ, ਕਿਉਂਕਿ ਸਾਨੂੰ ਵੀ ਲੱਗਿਆ ਵੀ ਨਹੀਂ ਠੀਕ ਆਪਦੀ ਫੀਸਾਂ ਕਵਰ ਕਰ ਲਈਆਂ, ਹੁਣ ਆਪਦਾ ਜਿਹੜਾ ਹੈਗਾ ਆਪਾਂ ਲੋੜ ਪੂਰੀ ਕਰੀਏ ਆਪਦੀ। ਅਤੇ ਮੈਂ ਟੈਕਸੀ ਚਲਾਈ ਕਾਫੀ ਟਾਈਮ, ਅਤੇ ਪਿੱਛੇ ਜੇ 3 ਸਾਲ ਹੋ ਗਏ ਜੀ ਮੈਂ ਥੋੜ੍ਹਾ ਜਿਹਾ ਚੇਂਜ ਕਰਕੇ ਡਰਾਇੰਗ ਇੰਡਸਟਰੀ 'ਚ ਆ ਗਿਆ, ਅਤੇ ਹੁਣ ਠੀਕ ਹੈ ਜੀ ਵਧੀਆ ਆਪਦਾ, ਕਿਉਂਕਿ ਜਦੋਂ ਸਟੂਡੈਂਟ ਲਾਈਫ ਸੀ ਉਦੋਂ ਨਾਈਟਾਂ ਵੀ ਚਲਾਉਂਦੇ ਸੀਗੇ 12-12 ਘੰਟੇ 15-15 ਘੰਟੇ। ਅਤੇ ਹੁਣ ਫਿਰ ਕੀ ਕਰਦੇ? ਹੁਣ ਮੈਂ ਡਰਾਇੰਗ ਇੰਡਸਟਰੀ 'ਚ ਹਾਂ ਜੀ। ਅਸੀਂ RACQ ਜਿਹੜੀ ਇੱਕ ਜਿਵੇਂ ਰੋਡ ਸਾਈਡ ਅਸਿਸਟੈਂਟ ਹੁੰਦੇ ਆ, ਉਹਨਾਂ ਦਾ ਅਸੀਂ ਸਬ ਕੰਟਰੈਕਟਰ ਹਾਂ। ਤਾਂ ਮਤਲਬ ਜਿਹੜੀਆਂ ਗੱਡੀਆਂ ਰਾਜ ਬ੍ਰੇਕਡਾਊਨ ਹੋ ਗਈਆਂ, ਹੋਰ ਹੋ ਗਈਆਂ, ਸਾਡੀ ਕੰਪਨੀ ਥਰੂ ਸਾਨੂੰ ਜੋਬ ਆਉਂਦੀ ਹੈ, ਅਸੀਂ ਟਰੱਕ 'ਤੇ ਲੋਡ ਕਰਨੀ, ਉਹਨੂੰ ਜਿੱਥੇ ਪਹੁੰਚਾਉਣੀ ਹੈਗੀ ਉੱਥੇ ਉੱਥੇ ਛੱਡ ਜਾਂਦੇ। ਠੀਕ ਹੈ ਜੀ, ਵਧੀਆ, ਖੁਸ਼ ਹਾਂ ਜੀ ਮੈਂ ਆਪਦੀ ਜੋਬ ਨਾਲ। ਹਾਂਜੀ, ਮੈਂ ਜਦੋਂ ਮੈਂ ਸਟੱਡੀ ਕਮਿਊਨਿਟੀ ਵੈਲਫੇਅਰ ਦੀ ਕੀਤੀ ਹੈ, ਅਤੇ ਉਹਦੇ 'ਚ ਸਾਡੇ ਕੋਲ ਸਕੋਪ ਬਹੁਤ ਸੀਗਾ ਵੀ ਤੁਸੀਂ ਕਿਹੜੇ ਫੀਲਡ 'ਚ ਕੰਮ ਕਰਨਾ। ਅਤੇ ਜਦੋਂ ਮੈਂ ਮੇਰੀ ਵਰਕ ਪਲੇਸਮੈਂਟ ਲੱਗੀ ਸਕੂਲ ਕਾਲਜ ਵੱਲੋਂ, ਅਤੇ ਉਦੋਂ ਮੈਂ ਡਿਸੇਬਿਲਟੀ ਕੇਅਰ 'ਚ ਕੰਮ ਕੀਤਾ, ਅਤੇ ਉਦੋਂ ਇੰਟਰਸਟ ਇੰਨਾ ਬਣ ਗਿਆ ਕਿਉਂਕਿ ਜਿਹੜੀ ਮੇਰੀ ਜੋਬ ਹੈ ਉਹ ਹੈਗੀ ਰੈਜ਼ੀਡੈਂਸ਼ੀਅਲ ਕੇਅਰ ਔਫਿਸਰ ਦੀ। ਮੈਨੂੰ 10 ਸਾਲ ਹੋ ਗਏ ਡਿਪਾਰਟਮੈਂਟ ਆਫ ਡਿਸੇਬਿਲਟੀ 'ਚ ਕੰਮ ਕਰਦਿਆਂ। ਇਸ ਜੋਬ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ। ਸਭ ਤੋਂ ਵੱਡੀ ਗੱਲ ਹੈ ਕਿ ਵੀ ਤੁਸੀਂ ਥੈਂਕਫੁਲ ਹੁੰਦੇ ਹੋ ਵੀ ਜੋ ਤੁਹਾਡੇ ਕੋਲ ਹੈਗਾ ਉਹਦੇ ਲਈ ਤੁਸੀਂ ਸ਼ੁਕਰਗੁਜ਼ਾਰ ਹੋ, ਜਿਹੜਾ ਵੀ ਜਿਹਦਾ ਵੀ ਜਿਹੜਾ ਕੋਈ ਮਾਲਕ ਹੈ। ਮੇਰਾ ਜਿਹੜਾ ਕੰਮ ਹੈ ਉਹਦੇ 'ਚ ਜਿਹੜੇ ਸਾਡੇ ਕਲਾਇੰਟਸ ਨੇ ਉਹ ਇੰਟਲੈਕਚੁਅਲੀ ਡਿਸੇਬਲ ਨੇ, ਫਿਜ਼ੀਕਲੀ ਵੀ ਡਿਸੇਬਲ ਨੇ, ਉਹਨਾਂ ਦੀ ਬੇਸਿਕਲੀ ਕੇਅਰ ਕਰਨੀ ਹੈ। ਅਤੇ ਉਹਦੇ ਉਸ ਕੇਅਰ 'ਚ ਸਾਰਾ ਕੁਛ ਹੈ ਵੀ ਸ਼ੋਪਿੰਗ ਤੋਂ ਲੈ ਕੇ ਬਾਹਰ ਆਉਣਾ ਜਾਣਾ, ਪਰਸਨਲ ਕੇਅਰ ਹੈ, ਜਿੱਥੇ ਕਿਤੇ ਉਹਨਾਂ ਨੂੰ ਉਹ ਬਿਮਾਰ ਹੈ ਹੋਸਪਿਟਲ ਜਾਣਾ ਹੈ। ਵੀ ਜਿਵੇਂ ਤੁਸੀਂ ਕਹਿ ਲਓ ਇੱਕ ਇਨਸਾਨ ਨੂੰ ਵੀ ਜੇ ਉਹ ਡਿਸੇਬਲ ਨਾ ਹੋਵੇ ਵੀ ਜੋ ਉਹਦੀਆਂ ਜ਼ਰੂਰਤਾਂ ਨੇ ਉਹਦੇ 'ਚ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਵੀ ਉਹ ਕੁਛ ਵੀ ਹੋ ਸਕਦਾ ਵੀ ਆਪਣੀ ਐਵਰੀਡੇ ਲਾਈਫ 'ਚ ਜੋ ਵੀ ਹੈ। ਜੇ ਕਿਸੇ ਕੋਈ ਡਿਸੇਬਲ ਹੈ ਉਹਨਾਂ ਦੇ ਬੱਚੇ ਨੇ, ਅਸੀਂ ਉਹਨਾਂ ਨੂੰ ਵੀ ਸਪੋਰਟ ਕਰਦੇ ਹਾਂ ਕਿਵੇਂ ਉਹਨਾਂ ਨੂੰ ਕੰਮ ਕਿਵੇਂ ਭਾਲਣਾ ਹੈ, ਉਹਨਾਂ ਨੇ ਸ਼ੋਪਿੰਗ ਕਰਨੀ ਹੈ ਜਾਂ ਉਹਨਾਂ ਨੂੰ ਕੌਨਫੀਡੈਂਸ ਨਾਲ ਕਿਵੇਂ ਕਿਸੇ ਦੇ ਨਾਲ ਗੱਲ ਕਰਨਾ ਸਿਖਾਉਣਾ, ਵੀ ਜੋ ਲਾਈਫ ਸਕਿੱਲਸ ਨੇ ਉਸ ਚੀਜ਼ ਦੇ ਬਾਰੇ ਕੰਮ ਕਰਦੇ ਹਾਂ। ਅਤੇ ਬਹੁਤ ਵਧੀਆ ਜੋਬ ਹੈ, ਬਹੁਤ ਥੈਂਕਫੁਲ ਹਾਂ ਉਸ ਮਾਲਕ ਦੇ ਵੀ ਜਿਨ੍ਹਾਂ ਨੇ ਪੁੰਨ ਨਾਲ ਫਲੀਆਂ ਵਾਲੀ ਗੱਲ ਹੈ ਵੀ ਨਾਲੇ ਤਾਂ ਚੰਗੀ ਤਨਖਾਹ ਮਿਲਦੀ ਹੈ, ਨਾਲੇ ਇੱਕ ਸੋਸ਼ਲ ਸਟੇਟਸ ਚੰਗਾ ਹੈ ਵੀ ਰਿਸਪੈਕਟਫੁਲ ਜੋਬ ਹੈ, ਹਰ ਤਰ੍ਹਾਂ ਦੇ ਲੋਕਾਂ ਨਾਲ ਕੰਮ ਕਰਨ ਨੂੰ ਮਿਲਦਾ, ਡਿਫਰੈਂਟ ਨੈਸ਼ਨੈਲਿਟੀਜ਼ ਨੇ ਵੀ ਹਰ ਇੱਕ ਦੁਨੀਆ ਦੀ ਹਰ ਇੱਕ ਕੰਟਰੀ ਤੋਂ ਲੋਕ ਨੇ ਜਿਹੜੇ, ਕਿਉਂਕਿ ਡਿਸੇਬਿਲਟੀ ਹੈ ਜਿਹੜੀ ਉਹ ਇਹ ਨਹੀਂ ਨਾ ਵਹਿੰਦੀ ਕਿ ਤੁਸੀਂ ਪੰਜਾਬੀ ਹੋ ਜਾਂ ਇੰਡੀਅਨ ਹੋ ਜਾਂ ਤੁਸੀਂ ਗੋਰੇ ਹੋ, ਤੁਹਾਨੂੰ ਕਿਸ ਹਿਸਾਬ ਦੀ ਹੋਣੀ ਚਾਹੀਦੀ ਹੈ। ਅਤੇ ਹਰ ਤਰ੍ਹਾਂ ਦੇ ਕਲਾਇੰਟ ਨੇ ਅਤੇ ਹਰ ਤਰ੍ਹਾਂ ਦਾ ਸਟਾਫ ਹੈ ਜਿਹੜਾ ਨਾਲ ਕੰਮ ਕਰਨ ਵਾਲਾ, ਅਤੇ ਇਹੀ ਹੈ ਵੀ ਬਹੁਤ ਵਧੀਆ, ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ। ਥੈਂਕ ਯੂ। ਚਲੋ ਜੀ, ਗੱਲਾਂ ਬਾਤਾਂ ਹੋਈ ਜਾਣਗੀਆਂ, ਚਾਹ ਵੀ ਲਈ ਹੈ ਹੁਣ ਥੋੜ੍ਹੀ ਥੋੜ੍ਹੀ। ਥੈਂਕ ਯੂ। ਬਾਕੀ ਠੰਡਾ ਬਣੇ ਪਕੌੜੇ। ਤੁਹਾਡਾ ਵੀ, ਸਰਬਜੀਤ ਦਾ ਵੀ, ਗੁਰਚਰਨ ਸਿੰਘ ਦਾ ਵੀ ਬਈ, ਬਹੁਤ ਬਹੁਤ ਧੰਨਵਾਦ। ਕਾਕੇ ਸੁਖਦੀਪ ਦਾ ਅਤੇ ਸੁਖਦੀਪ ਦੀ ਮੰਮੀ ਜਸਵਿੰਦਰ ਕੌਰ ਦਾ ਵੀ ਧੰਨਵਾਦ ਬਈ। ਸਾਰਿਆਂ ਤੋਂ ਵੱਡਾ ਤਾਂ ਇਹਨਾਂ ਦਾ ਹੀ ਹੈ ਜੀ। ਜਵਾਨ ਜੀ, ਹੁਣ ਫਿਰ ਐਂ ਦੱਸੋ ਵੀ ਆਸਟ੍ਰੇਲੀਆ ਕੇ ਕੀ ਐਕਸਪੀਰੀਅੰਸ ਰਿਹਾ ਤੁਹਾਡਾ? ਆਸਟ੍ਰੇਲੀਆ ਅਸੀਂ 4th ਆ ਗਏ, 4-5 ਵਾਰ। ਹਾਂਜੀ ਹਾਂਜੀ। ਅਤੇ ਇੱਥੋਂ ਦਾ ਵਾਤਾਵਰਨ ਹੋਰ ਹੈ, ਸਾਰਾ ਕੁਝ ਚੰਗਾ ਲੱਗਿਆ ਵੀ ਜਿਵੇਂ ਇੱਥੇ ਸੇਫਟੀ ਸਿਕਿਉਰਿਟੀ ਅਤੇ ਆਪਣੇ ਪੋਤਾ ਹੋਇਆ ਸਿਰਫ ਵਾਰ ਵਾਰ ਚੈੱਕ ਕਰਾਉਂਦੇ ਸੀ ਅਤੇ ਕੋਈ ਐ ਨਹੀਂ ਸੀ ਵੀ ਕੋਈ ਪ੍ਰਾਈਵੇਟ ਵਾਲੇ ਕਹਿਣ ਉਹਦੀ ਹੋ ਜਾਓ, ਜਿਵੇਂ ਆਪਣੇ ਤਾਂ ਹੁਣ ਉੱਥੇ ਡਾਕਟਰ ਘੱਟ ਅਤੇ ਡਾਕੂ ਵਾਲੇ ਹੋ ਗਏ ਵੀ ਜੇ ਸਜੇਰੀਅਨ ਇੰਨੇ ਹੋਣ ਲੱਗ ਗਏ ਬੱਚੇ ਵੀ ਉਹ ਜਾਣ ਕੇ ਵੀ ਉਹ 1,00,000 ਰੁਪਏ ਦਾ ਬਿੱਲ ਬਣਾਉਣ ਦੇ ਮਾਰੇ ਅਤੇ ਉਦੋਂ ਹੀ ਇਹਨਾਂ ਨੂੰ ਅਸੀਂ ਕਿੰਨੇ ਵਾਰੀ ਆਏ, ਕੋਈ 4-5 ਵਾਰੀ ਉਹਨਾਂ ਨੇ ਕਿਹਾ ਨਹੀਂ। ਅਤੇ ਇਸ ਕਰਕੇ ਇਹ ਵੇਖਦੇ ਹਾਂ ਵੀ ਇੱਥੇ ਨਾ ਕੋਈ ਇੱਕ ਤਾਂ ਸੇਫਟੀ ਸਿਕਿਉਰਿਟੀ ਅਤੇ ਫਿਰ ਚਾਹੇ ਕੋਈ ਜਾਤੀ ਤੋਂ ਨਹੀਂ ਗਾ, ਕੋਈ ਹਿਊਮਨ ਜਿਹੜਾ ਹੈਗਾ ਮਗੋ ਉਹ ਕੋਈ ਵੀ ਜਾਤੀ ਤੋਂ, ਚਾਹੇ ਇਨਸਾਨ ਦੀ ਜਿਹੜੀ ਆ ਨਾ ਸੇਫਟੀ, ਹੁਣ ਡਿਸੇਬਲ ਵਾਲਿਆਂ ਦੀ ਦੇਖੋ ਕਿੰਨੀ ਕੇਅਰ ਕਰਦੇ ਆ। ਅਤੇ ਇੱਥੋਂ ਤਾਂ ਹੀ ਕਿ ਸਾਨੂੰ ਤਾਂ ਲੱਗਦਾ ਵੀ ਇੱਥੇ ਤਾਂ ਕੁੱਤੇ ਬਿੱਲਿਆਂ ਦੇ ਵੀ ਇੰਨੀ
ਖਰਚਾ ਤੇ ਉਹ ਕਰਦੇ ਆ ਤੇ ਜਿਹੜੇ ਆ ਨਾ ਆਪਣੇ ਉੱਥੇ ਕੋਈ ਕਦਰ ਨਹੀਂ, ਬੰਦੇ ਦੀ ਕਦਰ ਨਹੀਂ, ਪੈਸੇ ਦੀ ਕਦਰ ਹੈ। ਅਤੇ ਮੈਂ ਇਹ ਦੇਖਦੇ ਹਾਂ ਵੀ ਨਰ ਸੇਵਾ ਤਾਂ ਨਾਰਾਇਣ ਸੇਵਾ ਹੈ। ਜੇ ਇਨਸਾਨ ਨੂੰ ਚੰਗੇ ਥਾਂ 'ਤੇ ਚੰਗੇ ਸੰਸਕਾਰ ਚੰਗੇ, ਅਤੇ ਵੀ ਇੱਥੇ ਚਲੋ ਬੱਚੀਆਂ ਹੈ, ਦੇਖੋ ਕੋਈ ਚਰਾਤ ਨੂੰ ਆਵੇ ਦਿਨੇ ਆਵੇ, ਕੋਈ ਕਿਸੇ ਦੀ ਹਿੰਮਤ ਨਹੀਂ ਵੀ ਅੱਖ ਭਰ ਕੇ ਚੱਕੇ, ਠੀਕ ਹੈ ਜੀ। ਬੱਚੇ ਹੈ ਕੋਈ ਹੋਰ ਹੈ ਜਾਂ ਕੋਈ ਆਪਾਂ ਕਿਤੇ ਤੁਰੇ ਫਿਰਦੇ ਹਾਂ ਜੰਗਲ 'ਚ ਹੋਰ 'ਚ ਕੰਮ ਕਰਦੇ ਹੈ, ਕਾਸੇ ਦਾ ਕੋਈ ਟੈਕਸੀ ਵਾਲਾ ਕਰਦਾ, ਟਰੱਕ ਦਾ ਕਰਦਾ, ਕੋਈ ਡਿਲੀਵਰੀ ਦਾ ਕਰਦਾ, ਕੋਈ ਕੋਰੀਅਰ ਦਾ ਕਰਦਾ, ਕੋਈ ਕਰਦੇ ਹੈ, ਪਰ ਉਹ ਚੰਗਾ ਲੱਗਿਆ ਵੀ ਹਾਂ ਸੇਫ ਹੈ। ਅਤੇ ਚਲੋ ਹਰ ਇੱਕ ਨੂੰ ਚਲੋ ਟੈਕਸੇਬਲ ਵੀ ਹੈਗੇ ਆ ਅਤੇ ਉਹਨਾਂ ਦੀ ਸੇਫਟੀ ਵੀ ਹੈ, ਉਹਨਾਂ ਦੇ ਦੇਖੋ ਕਿੱਡਾ ਉਹਨਾਂ ਦੇ ਖਰਚਾ ਕਿੰਨਾ ਕਰਦੇ ਜੇ ਕਿੰਨਾ ਹੀ ਹੋ ਜਾਵੇ। ਅਤੇ ਆਂਟੀ ਜੀ ਸੋਨੂੰ ਕੀ ਵਧੀਆ ਲੱਗਿਆ ਇੱਥੇ? ਵਧੀਆ ਇੱਥੇ ਵੀ ਸਾਰੀਆਂ ਚੀਜ਼ਾਂ ਚੰਗੀਆਂ, ਕੋਈ ਬਿਮਾਰੀ ਦਾ ਨਹੀਂ, ਹਾਂਜੀ ਕੋਈ ਚੀਜ਼ ਆਪਾਂ ਨੂੰ ਵਧੀਆ ਲੱਗਦੀ ਹੈ, ਯਾਨੀ ਕਿ ਸ਼ੁੱਧ ਮਿਲਦਾ, ਸ਼ੁੱਧ ਸਾਰੀਆਂ ਚੀਜ਼ਾਂ ਸ਼ੁੱਧ ਹੈ ਵੀ ਇੱਥੇ। ਹਾਂਜੀ ਹਾਂਜੀ ਘੁੰਮਣਾ ਜਾਣਾ ਆਉਣਾ ਉਹ ਵੀ ਵਧੀਆ ਲੱਗਦਾ ਮੈਨੂੰ। ਅੱਛਾ ਜੀ। ਅਤੇ ਤੁਹਾਡੇ ਇਹਨਾਂ ਤੋਂ ਇਲਾਵਾ ਹੋਰ ਬੱਚੇ? ਹਾਂ ਬੱਚੇ, ਇੱਕ ਬੇਟਾ ਉੱਥੇ ਰਹਿੰਦਾ। ਹਾਂਜੀ ਹਾਂਜੀ ਉਹ ਵੀ ਠੀਕ ਹੈ। ਅੱਛਾ ਜੀ। ਅਤੇ ਉਹਨਾਂ ਦਾ ਨਹੀਂ ਇੱਧਰ ਆਉਣ ਦਾ ਕੋਈ? ਵੱਡਾ ਬੇਟਾ ਜੀ, ਪੋਤਾ, ਉਹ ਤੇ ਪੋਤਾ ਨੌ, ਉਹ ਵੀ ਅੱਕ ਗਏ। ਦੋ ਬੇਟੇ ਆ, ਚਾਰ ਬੇਟੀਆਂ ਸੁੱਖ ਨਾਲ, ਉਹਨਾਂ ਦੇ ਬੱਚੇ ਵੀ ਆ। ਦੋਤੀ ਸਾਡੀ ਵੱਡੀ ਵੱਡੀ ਬੇਟੀ ਜੀ ਐਮਕੌਮ ਕੀਤਾ ਸੀ। ਅੱਛਾ ਜੀ। ਉਹ ਵੀ ਇੱਥੇ ਆ? ਹਾਂ ਉਹਦੇ ਪਾਪਾ SDU ਇਰੀਗੇਸ਼ਨ 'ਚ। ਅੱਛਾ ਜੀ। ਫਿਰ ਸੁੱਖ ਨਾਲ ਸਾਰੇ, ਚਲੋ ਸਾਰੇ ਵਧੀਆ ਸੈੱਟ ਹੈ ਆਪੋ ਆਪਣੇ ਘਰੇ ਸਾਰੀਆਂ। ਸਭ ਤੋਂ ਛੋਟਾ ਇਹ ਹੈ ਸੁਖਦੀਪ ਹੈ। ਅੱਛਾ ਜੀ। ਅਤੇ ਉਹ ਵੀ ਹੁਣ ਬੱਚੇ ਵੀ ਦੂਜਿਆਂ ਦੇ ਵੀ ਆਏ ਜਾਂਦੇ ਆ। ਛੋਟੀ ਇਹ ਤੋਂ ਵੱਡੀ ਹੈ ਜਿਹੜੀ ਬੱਚੀ, ਉਹ ਲੈਕਚਰਾਰ ਆ ਉੱਥੇ ਜੈਪੁਰ ਮੈਰਿਡ ਹੈ। ਅਤੇ ਸਾਰੇ ਪਰਿਵਾਰ ਚਲੋ ਜੀ ਬੜਾ ਵਧੀਆ ਉੱਥੇ। ਠੀਕ ਹੈ ਜੀ। ਸਭ ਤੋਂ ਜ਼ਿਆਦਾ ਦੌਲਤਮੰਦ ਤੁਸੀਂ, ਚੀਜ਼ਾਂ ਤਾਂ ਆਪਾਂ ਪੈਸਾ ਵੀ ਕਮਾ ਲੈਣਾ ਤੇ ਖਰੀਦ ਵੀ ਲੈਣੀਆਂ, ਸਾਰਿਆਂ ਤੋਂ ਵੱਡੀ ਗੱਲ ਤਾਂ ਇਹ ਹੈ। ਤੇ ਕੋਈ ਚੀਜ਼ ਜਿਹੜੀ ਤੁਹਾਨੂੰ ਇੱਥੇ ਵਧੀਆ ਨਾ ਲੱਗੀ ਹੋਵੇ? ਨਹੀਂ ਨਹੀਂ ਮੈਨੂੰ ਤਾਂ ਜੀ ਥੋੜਾ ਜਿਹਾ ਦਿੱਕਤ ਉੱਥੇ ਆਉਂਦੀ ਹੈ ਵੀ ਆਪਾਂ ਨੂੰ ਕੁਛ ਇਹਨਾਂ ਲੋਕਾਂ ਦੀ ਸਮਝ ਨਹੀਂ ਆਉਂਦੀ, ਤੇ ਇੱਥੇ ਦਿੱਕਤ ਆਉਂਦੀ ਹੈ। ਫਿਰ ਸਾਨੂੰ ਕੁਛ ਪਤਾ ਨਹੀਂ ਲੱਗਦਾ, ਇੰਨੀ ਵਾਰੀ ਆ ਗਏ ਅਸੀਂ ਤਾਂ ਵੀ ਉਹ ਵੀ ਆ ਘੁੰਮਦੇ ਹਾਂ ਸ਼ਹਿਰ 'ਚ ਹੋਰ 'ਚ ਵੀ ਇਕੱਲਿਆਂ ਨੂੰ, ਫਿਰ ਡਰਾਈਵਿੰਗ ਦਾ, ਫਿਰ ਜਾਣ ਦਾ, ਊਂ ਤਾਂ ਨਾਲ ਹੁੰਦੇ ਹੈ। ਬਹੁਤ ਵੱਡਾ ਇਹਨਾਂ ਦਾ ਸਨੇਹ ਪਿਆਰ ਸਤਿਕਾਰ ਸਾਡੇ ਬੱਚੀ ਵੀ ਸੁੱਖ ਨਾਲ, ਨਵਦੀਪ ਵੀ ਅਤੇ ਇਹ ਸੁਖਦੀਪ ਵੀ, ਅਤੇ ਇਹਨਾਂ ਨੇ ਇਹ ਤਾਂ ਸਾਰੇ ਰਿਸ਼ਤੇਦਾਰੀਆਂ 'ਚ ਇਹਨਾਂ ਨੇ ਫੋਨ ਕਰਕੇ ਗੱਲ ਕਰਕੇ, ਹੁਣ ਇਹ ਵੀ ਆਪਦੇ ਬਾਹਰ ਵੀ ਉੱਤੇ ਹੁਣ ਬਹੁਤ ਕਰਦੇ ਆ, ਜਾਂਦੇ ਆਉਂਦੇ ਜਦੋਂ ਸਾਰੇ ਥਾਂ ਮਿਲ ਕੇ ਆਉਂਦੇ। ਅਤੇ ਪਰਮਾਤਮਾ ਨੇ ਅਸੀਂ ਵੀ ਇਹ ਜਿਹਾ ਪਿਆਰ ਸਤਿਕਾਰ ਇੱਥੇ ਵੀ ਸੁੱਖ ਨਾਲ, ਜਿੰਨਿਆਂ ਨਾਲ ਤੁਸੀਂ ਪਾਸੇ ਆਸੇ ਪਤਾ ਕਰੋਗੇ ਜਾਂ ਮੈਂ ਮਿਲਦਾ, ਤੁਹਾਡੇ ਤੁਹਾਡਾ ਬੇਟਾ ਜੀ ਉਹ ਸੁਖਦੀਪ ਕਾਕਾ ਮਖਾ, ਜਾਂ ਅੱਛਾ ਮੈਨੂੰ ਮਿਲਦੇ ਆ ਤਾਂ ਉਹ ਕਹਿੰਦੇ ਤੇਰੇ ਪਾਪਾ ਮਿਲਿਆ ਸੀ, ਜਦੋਂ ਫਲਾਨਾ ਰਿਸ਼ਤਾ ਸਾਡੇ ਕਰਾਇਆ ਜਾ ਕਰਾਇਆ। ਇੰਟਰਨੈਸ਼ਨਲ ਵਿਚੋਲਾ ਸਾਡੇ ਜਿੰਨੇ ਕਲਾਕਾਰ ਸੀ ਨਾ ਸਾਰੇ ਉਹ ਕਹਿੰਦੇ ਸੀ ਜਦੋਂ ਵੀ ਜਾਣਦੇ ਸੀ ਵੀ ਨਛੱਤਰ ਸਿੰਘ ਬਰਾੜ ਇੰਟਰਨੈਸ਼ਨਲ ਵਿਚੋਲਾ ਗੰਗਾਨਗਰ ਵਾਲਾ, ਉਹ ਤਾਂ ਹਨੂਮਾਨਗੜ੍ਹ ਡਿਸਟ੍ਰਿਕਟ ਹੋ ਗਿਆ ਜੀ। ਬਾਅਦ ਵਿਰੋਧ ਕਰਾਏ ਮੈਂ ਰਿਸ਼ਤੇ, ਪਹਿਲਾਂ ਤਾਂ ਬਾਹਲਾ ਹੀ ਸੌਖਾ ਸੀ ਕੰਮ ਵੀ ਸਮਕਾ, ਉਹ ਕਹਿੰਦੇ ਸੀ ਵੀ ਕਰਾਓ, ਤੇ ਹੁਣ ਵੀ ਐਂ ਇਹ ਜੀ ਜਿਹੜੇ ਆ ਦਿਖਾਉਂਦੇ ਆ ਜਾਂ ਇੱਧਰ ਦੇ ਹੈ, ਪਰ ਹੁਣ ਥੋੜ੍ਹਾ ਜਿਹਾ ਸਿਸਟਮ ਹੋ ਗਿਆ, ਡਰਦੇ ਆਏ ਵੀ ਆਪਾਂ ਤਾਂ ਜਮਾਂ ਕਲੀਅਰ ਕੱਟ ਅਗਲਿਆਂ ਨੂੰ, ਭਾਈ ਤੁਸੀਂ ਪਤਾ ਕਰ ਲਓ ਅਗਲਿਆਂ ਨੂੰ, ਮੁੰਡੇ ਵਾਲੇ ਨੂੰ ਕੁੜੀ ਵਾਲੇ ਨੂੰ ਦੋਨਾਂ ਨੂੰ ਕਲੀਅਰ ਕਰਦੇ ਹਾਂ ਵੀ ਤੁਸੀਂ, ਮੈਂ ਤਾਂ ਕਹਿੰਦਾ ਵੀ ਡਿਟੇਲ 'ਚ ਦੇ ਦਿਓ ਆਪਦਾ ਤੁਹਾਡਾ ਬਾਇਓਡਾਟਾ, ਫੋਟੋ ਅਤੇ ਉਹ ਹੈ, ਫਿਰ ਵੀ ਹੁਣ ਸਾਰੀਆਂ ਗੱਲਾਂ ਤਾਂ ਹੁੰਦੀਆਂ ਨੇ ਜੀ। ਹਾਂ ਵੈਸੇ ਮੈਂ ਦੱਸਦਾ ਵੀ ਜੇ ਆਪਾਂ ਕੋਈ ਦੇਖੀਏ ਵੀ ਮੈਂ ਬਹੁਤ ਚਲਾਕੀ ਕਰ ਲੂੰਗਾ, ਮੈਂ ਤਾਂ ਮਤਲਬ ਹੈ ਵੀ ਬੰਦਾ ਜਾਂ ਬੁੜੀ, ਬੰਦਾ ਜਾਂ ਬੁੜੀ ਕੋਈ ਚਲਾਕੀ ਨਹੀਂ ਕਰ ਸਕਦਾ, ਉਹ ਤਾਂ ਦੋਨਾਂ ਦਾ ਹੀ ਸਮਝਦੇ ਆ। ਜੇ ਆਪਾਂ ਕੋਈ ਮਾੜੀ ਗੱਲ ਸੋਚਦੇ ਹਾਂ ਤਾਂ ਵੀ ਸਮਝ ਜਾਂਦੇ, ਕੁੱਤਾ ਹੈ ਨਾ ਜਿਵੇਂ ਉਹਨੂੰ ਜੇ ਆਪਾਂ ਇੱਕ ਰੋਟੀ ਪਾਉਂਦੇ ਹੱਥ ਨਾਲ ਦਿੰਦੇ ਹਾਂ ਤਾਂ ਵੀ ਉਹ ਆਪਣੀ ਭਾਵਨਾ ਸਮਝੂਗਾ, ਜੇ ਆਪਣੇ ਕੋਲ ਡਲਾ ਜਾਂ ਕੋਈ ਆਪਣੇ ਕੋਲ ਕੋਈ ਉੱਥੇ ਮੰਨ ਲਓ ਕੋਈ ਹੋਰ ਚੀਜ਼ ਇਹੋ ਜਿਹੀ ਹੈ ਵੀ ਆਪਾਂ ਉਹਦੇ ਮਾਰਦੇ ਹਾਂ ਤਾਂ ਵੀ ਉਹ ਪਹਿਲਾਂ ਸਮਝੋ, ਚਾਹੇ ਜਾਨਵਰ ਹੈ। ਅਤੇ ਇਹੋ ਜਿਹੀ ਗੱਲ ਨਹੀਂ, ਬੱਚਿਆਂ ਦੇ ਵੀ ਮਨ 'ਚ ਜਿੱਥੇ ਜਾ ਕੇ ਕੋਈ ਐਂ ਹੋ ਜਾਂਦਾ ਨਾ, ਵੈਸੇ ਤਾਂ ਪਰਮਾਤਮਾ ਸਾਰਿਆਂ ਨੂੰ ਸਹੀ ਰੱਖੇ, ਪਰ ਉਹ ਦੇਖੋ ਮਦਦ ਉਹਦੀ ਹਰ ਜੀਵ ਦੀ, ਪਰਮਾਤਮਾ ਹਰ ਥਾਂ 'ਤੇ ਤੂੰ ਮੇਰਾ ਰਾਖਾ ਸਭ ਨਹੀਂ ਥਾਂ,
ਤੇ ਹੁੰਦਾ ਰਹਿੰਦਾ ਤੇ ਰਵੇ ਪਰਮਾਤਮਾ, ਕਿਉਂਕਿ ਸਭ ਨੂੰ ਵੈਸੇ ਤਾਂ ਸੁਖੀ ਵਸਾਵੇ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜਿੰਨਾ ਕੁ ਜੇ ਪਹਿਲਾਂ ਸੋਚ ਸਮਝ ਕੇ ਸਟੈਪ ਉਠਾਓ, ਗੱਲ ਕਰੋ, ਫਿਰ ਪੱਕਾ ਸੱਚਾ ਨਿਭਾਓ। ਦੋਸਤੋ, ਹੁਣ ਸਾਡੇ ਪ੍ਰੋਗਰਾਮ ਦਾ ਸਮਾਂ ਹੋ ਰਿਹਾ ਸਮਾਪਤ, ਅਤੇ ਲੈਂਦੇ ਹਾਂ ਇਜਾਜ਼ਤ ਸੁਖਦੀਪ ਬਰਾੜ ਜੀ ਦੀ ਫੈਮਿਲੀ ਤੋਂ, ਅਤੇ ਅਗਲੀ ਵਾਰ ਮਿਲਦੇ ਹਾਂ ਕਿਸੇ ਹੋਰ ਪਰਿਵਾਰ ਦੇ ਨਾਲ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਅੰਕਲ ਜੀ।